ਰਾਤ ਦੇ ਅੰਧੇਰੇ ਦੇ ਵਿੱਚ ਜਨਾਬ ਇਤਨੀਆਂ ਫੈਂਸੀ ਲਾਈਟਾਂ ਬਗੈਰ ਬਿਜਲੀ ਤੋਂ ਬਗੈਰ ਕਿਸੇ ਕਨੈਕਸ਼ਨ ਤੋਂ ਅੰਦਰ ਹੀ ਛੋਟੀ ਜਿਹੀ ਸੋਲਰ ਪਲੇਟ ਲੱਗੀ ਜਨਾਬ ਤੁਸੀਂ ਲਾ ਦਿਓ ਤੇ ਸਾਰੀ ਰਾਤ ਜਨਾਬ ਕਿਆ ਬਾਤ ਹੈ ਆਟੋਮੈਟਿਕ ਜਨਾਬ ਇਹ ਬਲਦੀ ਰਹੇਗੀ। ਕਈ ਕਿਸਮ ਦੀਆਂ ਲਾਈਟਾਂ ਦੀ ਜਨਾਬ ਸਟਾਕ ਆ ਗਏ, ਬੜੀਆਂ ਸਸਤੀਆਂ, ਇੰਤਹਾਈ ਸਸਤੀਆਂ, ਜਿੱਥੇ ਬਿਜਲੀ ਨਹੀਂ ਮੌਜਾਂ ਲੱਗ ਗਈਆਂ। ਇਹ ਲਾਈਟਾਂ ਸਿਰਫ ਤਾਰਕ UPS ਸਰਗੋਧਾ ਤੋਂ ਮਿਲ ਸਕਦੀਆਂ। ਜਿਸ ਬੈਂਚ ਚਾਹੀਦੀਆਂ ਨੇ ਉਹ ਆਓ ਵੀਡੀਓ ਦੇ ਵਿੱਚ ਉਹਨਾਂ ਨੂੰ ਸਾਰੀ ਮਲੂਮਾਤ ਦਿੰਦੇ ਹਾਂ ਤੇ ਵੀਡੀਓ ਨੂੰ ਲਾਜ਼ਮੀ ਵੇਖਣਾ, ਸਾਰੀ ਨਾਲ ਸਬਸਕ੍ਰਾਈਬ ਕਰਨਾ, ਸਾਡਾ ਫਾਲੋ ਕਰੋ ਪੇਜ ਇਹਦੀਆਂ ਮਲੂਮਾਤ। ਅੱਛਾ ਜਨਾਬ ਚੌਰੀ ਸਾਹਿਬ ਇਹ ਦੱਸੋ ਤੁਹਾਡੇ ਕੋਲ ਕੋਈ ਬੜੀਆਂ ਕਮਾਲ ਦੀਆਂ ਜਦੀਦ ਕਿਸਮ ਦੀਆਂ ਲਾਈਟਾਂ ਆ ਗਈਆਂ ਨੇ, ਉਹ ਕਿਹੜੀਆਂ ਨੇ? ਲੋ ਜੀ ਅਬਦੁਲ ਮਾਨ ਸਾਹਿਬ, ਸਰਗੋਧਾ ਦੇ ਵਿੱਚ ਤਾਰਕ UPS ਸ਼ਾਪ ਤੇ ਐਸੀ ਲਾਈਟ ਆ ਚੁੱਕੀ ਹੈ ਜਿਹੜੀ ਬਗੈਰ ਬਿਜਲੀ ਤੋਂ, ਬਗੈਰ ਬਟਨ ਮੰਡਿਓ ਤੇ ਬਗੈਰ ਕਿਸੇ ਕਨੈਕਸ਼ਨ ਤੋਂ ਸਾਰੀ ਰਾਤ ਇਹ ਚੱਲਦੀ ਹੈ। ਤੁਹਾਨੂੰ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਹੋਏਗੀ। ਕੀ ਖੂਬੀ ਹੈ ਜਨਾਬ? ਸਭ ਤੋਂ ਪਹਿਲਾਂ ਇਹ ਲਾਈਟ ਤੁਸੀਂ ਵੇਖੋ, ਇੱਕ ਇਹ ਬਾਈ ਤਾਰਕ ਸਾਹਿਬ ਖੜੇ ਨੇ ਸਾਡੇ ਨਾਲ, ਛੋਟੀਆਂ ਲਾਈਟਾਂ ਵੀ ਇਹਨਾਂ ਕੋਲ ਹਨ। ਇਹ ਇੱਕ ਲਾਈਟ ਦੇ ਬੈਕ ਸਾਈਡ ਤੇ ਇੱਕ ਜ਼ਬਰਦਸਤ ਕਿਸਮ ਦੀ ਨਈ ਟੈਕਨੋਲੋਜੀ ਜਿਹੜੀ ਕਿ ਸੋਲਰ ਪਲੇਟ ਲੱਗੀ ਹੈ। ਅੱਛਾ, ਸੋਲਰ ਪਲੇਟ। ਇਹ ਸੋਲਰ ਪਲੇਟ ਤੇ ਇਹਦੇ ਇਸ ਸਾਈਡ ਤੇ ਲੈਂਸ ਵਾਲੀ ਐਵੇਂ ਤੇ ਪਿਓ ਹਾਈ ਕੁਆਲਿਟੀ ਲੈਂਸ ਲੇਜ਼ਰ ਟਾਈਪ ਲਾਈਟਾਂ ਲੱਗੀਆਂ ਨੇ। ਤੁਸੀਂ ਵੇਖ ਸਕਦੇ ਹੋ ਸਾਰੀ ਰਾਤ ਬਲਦੀਆਂ ਨੂੰ, ਮਤਲਬ ਨਹੀਂ ਹੈ ਜਨਾਬ। ਇਹ ਵੇਖੋ, ਮੈਂ ਆਪਦਾ ਜਦੋਂ ਇਸ ਤਰ੍ਹਾਂ ਲੱਗੇਗੀ ਛੱਤ, ਜਦੋਂ ਉੱਤੇ ਅੰਧੇਰਾ ਆਏਗਾ ਆਟੋਮੈਟਿਕ ਇਹ ਲਓ ਜੀ ਇੰਜ ਕਰੋਗੇ ਤੁਸੀਂ ਤੇ ਇਹ ਬਲ ਗਈ। ਇਹ ਵੇਖ ਲਓ, ਆਈ ਸਮਝੋ, ਮੈਂ ਆਪਦਾ ਕਮਾਲ ਦੀ ਟੈਕਨੋਲੋਜੀ, ਇੱਕ ਵਾਰੀ ਲਾਓਗੇ ਬੁੱਲ ਜਾਓਗੇ ਤੇ ਵਾਟਰ ਪਰੂਫ ਹੈ, ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਕਿ ਪਾਣੀ ਹੈ, ਕੁਝ ਬੱਦਲ ਹੈ, ਕੋਈ ਆਂਧੀ ਤੂਫਾਨ, ਬੜੀ ਮਜ਼ਬੂਤ ਔਰ ਕੁਆਲਿਟੀ ਵਾਲੀ ਚੀਜ਼ ਹੈ। ਮਤਲਬ ਜਿਵੇਂ ਸ਼ਾਮ ਹੋ ਸੀ ਇਹ ਲਾਈਟ ਆਟੋਮੈਟਿਕ ਬਣ ਜਾਏਗੀ, ਬਣਨੇ ਦੀ ਵੀ ਲੋੜ ਨਹੀਂ ਸਰ, ਕੋਈ ਜ਼ਰੂਰਤ ਨਹੀਂ। ਤੁਸੀਂ ਘਰ ਹੋ ਨਹੀਂ ਹੋ, ਤੁਸੀਂ ਇਹ ਇਹਦੀ ਜਗ੍ਹਾ ਤੇ ਲਾ ਦਿਓ ਜਿੱਥੇ ਜਨਾਬ ਇਹ ਆਟੋਮੈਟਿਕ ਬਲ ਜਾ ਸੀ, ਰਾਤ ਨੂੰ ਕੋਈ ਬੱਚਾ ਉੱਤੇ ਨਾ ਪਹੁੰਚ ਸਕੇ। ਹਾਈਟ ਤੇ ਲਾ ਦਿਓ, ਆਪਣੇ ਦਰਵਾਜ਼ੇ ਦੇ ਸਾਹਮਣੇ ਲਾ ਦਿਓ, ਆਪਣੇ ਸੇਲ ਵਾਸਤੇ ਲਾ ਦਿਓ। ਜ਼ਰਾ ਵਿਖਾਓ ਕਿ ਕਿਤਨੀਆਂ ਕਿਤਨੀਆਂ ਇਹ ਕੁਆਲਿਟੀਆਂ ਦੀਆਂ ਸ਼ਕਲਾਂ। ਸਰ ਜੀ ਇਹ ਤਾਰਕ ਭਾਈ ਤੁਹਾਨੂੰ ਵਿਖਾ ਰਹੇ ਨੇ, ਜ਼ਰਾ ਤਾਰਕ ਭਾਈ ਦਿਖਾਓ ਜੀ। ਇਹ ਵੇਖੋ, ਮੁਖਤਲਫ ਕਲਰ ਤੇ ਮੁਖਤਲਫ ਕੁਆਲਿਟੀਆਂ ਤੇ ਖੂਬਸੂਰਤੀ ਇੰਤਹਾ ਦੀ। ਇਹ ਉਹ ਹਨ ਜਿਹੜੀਆਂ ਤੁਸੀਂ ਆਪਣੀਆਂ ਕੋਠੀਆਂ ਨਾਲ ਲਾਓ, ਦੀਵਾਰਾਂ ਨਾਲ ਲਾਓ। ਤੁਹਾਡੇ ਅਗਰ ਪੌਦੇ ਲੱਗੇ ਹਨ ਅਬਦਰਮਾਨ ਸਾਹਿਬ, ਤੁਸੀਂ ਬਗੀਚਾ ਬਣਾਇਆ ਹੈ ਤੇ ਉੱਥੇ ਜਗ੍ਹਾ ਤੇ ਦਰਖਤਾਂ ਦੇ ਸਾਈਡ ਤੇ ਤੁਸੀਂ ਲਾ ਸਕਦੇ ਹੋ ਇਹਨਾਂ ਨੂੰ, ਮੁਖਤਲਫ ਕਿਸਮ ਦੀਆਂ ਹਨ। ਫਿਲਹਾਲ ਤੁਸੀਂ ਇਹ ਵੇਖੋ, ਇਸ ਤਰ੍ਹਾਂ ਦੇ ਤੁਸੀਂ ਗੁਲਦਸਤੇ ਵੇਖਿਓ ਸਨ, ਬੜੇ ਖੂਬਸੂਰਤ ਤੇ ਮਾਸ਼ਾਅੱਲਾ ਜਦੋਂ ਤੁਹਾਡੇ ਪੌਦਿਆਂ ਦੇ ਨਜ਼ਦੀਕ ਲੱਗੀ ਹੋਏਗੀ ਤੁਹਾਡੀ ਦੀਵਾਰ ਦੇ ਨਾਲ ਤੇ ਇਹ ਖੂਬਸੂਰਤੀ ਹੋਏਗੀ। ਮੁਖਤਲਫ ਕਲਰ, ਇਹ ਦੇਖੋ ਇਹਦਾ ਕਲਰ ਵੇਖੋ, ਇਹਦੇ ਵਿੱਚ ਡਬਲ ਕਲਰ ਹੈ। ਇਹ ਤੁਸੀਂ ਵੇਖੋ, ਇਹ ਜਿਹੜੀ ਇਹ ਵੱਡੀ ਲਾਈਟ ਹੈ, ਇਹ ਵੇਖੋ ਹਰ ਕਿਸਮ ਦਾ ਫੀਚਰ। ਔਰ ਇਨਸ਼ਾਅੱਲਾ ਜਿਹੜਾ ਬੰਦਾ ਸਾਡੇ ਕੋਲ ਆਏਗਾ ਉਹ ਲਾਈਟ ਲੈ ਕੇ ਜਾਸੀ, ਹੈ ਹੀ ਬੜੀ ਖੂਬਸੂਰਤ ਚੀਜ਼ ਹੋ ਤੇ ਵੈਰਾਈਟੀ ਕਮਾਲ ਦੀ। ਪੂਰੇ ਪੰਜਾਬ ਵਿੱਚ, ਪੂਰੇ ਪਾਕਿਸਤਾਨ ਵਿੱਚ ਅਗਰ ਕੋਈ ਲੈਣਾ ਚਾਹੇ ਤਾਂ ਸਰ ਜੀ ਜਿੰਨੇ ਪੀਸ ਕੋਈ ਲੈਣਾ ਚਾਹੇ, ਮਜ਼ੇ ਦੀ ਗੱਲ ਇਹ ਕਿ ਅਸੀਂ ਹੋਲਸੇਲ ਰੇਟ ਤੇ ਦੇਵਾਂਗੇ। ਇੱਕ ਮੰਗਾਓ ਤੇ 10 ਮੰਗਾਓ, ਰੇਟ ਜਿਹੜਾ ਹੋਲਸੇਲ ਦਾ ਸੀ ਜਨਾਬ, ਅਸੀਂ ਬਿਹਤਰੀਨ ਪੈਕਿੰਗ ਕਰਕੇ ਮਜ਼ਬੂਤ ਕਿਸੇ ਕਾਟਨ ਦੇ ਵਿੱਚ ਰੱਖ ਕੇ ਪਾਕਿਸਤਾਨ ਦੇ ਕਿਸੇ ਸ਼ਹਿਰ ਦੇ ਤੁਹਾਨੂੰ ਚਾਹੀਦੇ ਨੇ ਪੀਸ, ਜਿੰਨੇ ਚਾਹੀਦੇ ਨੇ ਤੁਹਾਨੂੰ ਭਿਜਵਾ ਸਕਦੇ ਆ। ਮਜ਼ੇ ਦੀ ਗੱਲ ਹੈ, ਤੁਹਾਡੇ ਸੋਲਰ ਲੱਗੇ ਹਨ ਬਾਹਰ, ਟਿਊਬਵੈਲ ਲੱਗੇ ਹਨ, ਉੱਚੀ ਜਗ੍ਹਾ ਤੇ ਤੁਸੀਂ ਲਾ ਸਕਦੇ ਹੋ। ਸਕਿਉਰਟੀ ਇਹਨਾਂ 'ਚ ਹੈ ਬਿਹਤਰੀਨ ਕਿਸਮ ਦੀ, ਕਿਸੇ ਜਗ੍ਹਾ ਤੇ ਤੁਸੀਂ ਲਾ ਦਿਓ ਜਿੱਥੇ ਤੁਹਾਡੀ ਬਿਜਲੀ ਨਹੀਂ। ਅਕਸਰ ਡੇਰਿਆਂ ਤੇ ਲੋਕ ਮੀਟਰ ਨਹੀਂ ਲਵਾ ਸਕਦੇ, ਸੋਲਰ ਨਹੀਂ ਲਵਾ ਸਕਦੇ, ਲਾਈਟ ਦਾ ਬੜਾ ਮਸਲਾ ਹੁੰਦਾ, ਉੱਤੇ ਜਨਾਬ ਲਵਾ ਦਿਓ ਤੇ ਜ਼ਬਰਦਸਤ ਕਿਸਮ ਦੀ ਇਹ ਚੀਜ਼।